ਚੋਰ ਚੋਰ ਮਸੇਰ ਭਰਾ ਜਿਹਾਂ ਕਾਂਗਰਸ ਅਤੇ ਆਪ ਦੇ ਗੱਠਜੋੜ ਸੰਬੰਧੀ ਚੱਲ ਰਹੀਆਂ ਚਰਚਾਵਾਂ ਉੱਤੇ ਟਿੱਪਣੀ ਕੀਤੀ ਹੈ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ। ਸਾਂਪਲਾ ਦਾ ਮੰਨਣਾ ਹੈ ਕਿ ਕਾਂਗਰਸ ਗੁਜਰੇ ਵਕਤ ਦੇ ਵਿੱਚ ਵੀ ਕਈ ਵਾਰ ਗੱਠਜੋੜ ਕਰ ਚੁੱਕੀ ਹੈ ਪਰ ਕਾਂਗਰਸੀਆਂ ਦੇ ਇਹ ਗੱਠਜੋੜ ਕਦੇ ਵੀ ਕਾਮਯਾਬ ਨਹੀਂ ਹੋਇਆ। ਦਰਅਸਲ ਵਿਜੇ ਸਾਂਪਲਾ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅੱਜ ਗੁਰਦਾਸਪੁਰ ਦੇ ਪਿੰਡ ਘੁਮਾਨ ਦੇ ਵਿੱਚ ਇੱਕ ਸਮਾਗਮ ਦੌਰਾਨ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਇਸ ਪ੍ਰੋਗਰਾਮ ਦੌਰਾਨ ਜਿੱਥੇ ਵਿਜੇ ਸਾਂਪਲਾ ਨੇ ਰੂਪਨਗਰ ਦੇ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਦੀ ਨਿਖੇਧੀ ਕੀਤੀ ਤਾਂ ਉੱਥੇ ਕੇਂਦਰੀ ਮੰਤਰੀ ਇੱਕ ਵਾਰ ਫਿਰ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਦਾਅਵਾ ਕਰਦੇ ਹੋਏ ਨਜ਼ਰ ਆਏ। ਦੇਖੋ, ਬੇਅਦਬੀ ਕੋਈ ਵੀ ਕਰਦਾ ਉਹਦੇ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਉਹਦੇ ਲਈ ਜਿਹੜੀ ਨੀਅਤ, ਜਿਹੜੀ ਮਨਸ਼ਾ ਜਿਹੜੀ ਹੈ ਉਹ ਵੀ ਕਲੀਅਰ ਹੋਣੀ ਚਾਹੀਦੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀਆਂ ਪਹਿਲਾਂ ਸਾਨੂੰ ਪਿਛਲੇ ਦੋਸ਼ ਸੰਦ 'ਤੇ ਲਾ ਕੇ ਸੱਤਾ 'ਚ ਆਏ ਪਰ ਹਾਲੇ ਤੱਕ ਕੁਛ ਨਹੀਂ ਕੀਤਾ, ਔਰ ਇਕੱਲਾ ਹੋਰ ਤਾਂ ਕੀ ਕਰਨਾ, ਕਿਸੇ ਹੋਰ ਨਾ ਹੋਵੇ ਉਹਦੇ 'ਤੇ ਕਿਤੇ ਨਕੇਲ ਪਾਉਣ ਦੀ ਕੋਈ ਪ੍ਰਯਾਸ ਹੀ ਨਹੀਂ ਕੀਤਾ। ਸੋ ਇਹਦੇ 'ਚ ਮੈਨੂੰ ਉਮੀਦ ਨਹੀਂ ਕਿ ਕੀ ਕਰਨਗੇ, ਪਰ ਇੰਨਾ ਜ਼ਰੂਰ ਹੈ ਕਿ ਮੈਂ ਮੰਗ ਕਰਾਂਗਾ ਕਿ ਜਿਨ੍ਹਾਂ ਨੇ ਵੀ ਕੀਤਾ ਉਹ ਕੋਈ ਹੋਵੇ ਉਹਦੇ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਧੰਨਵਾਦ ਦੇਣਾ ਚਾਹਤਾ ਹੂੰ ਵਿਜੇ ਸਾਂਪਲਾ ਸਾਹਿਬ ਕਾ ਕਿ ਉਹਨਾਂ ਨੇ ਮੁਝੇ ਆਜ ਪੰਜਾਬ ਕੇ ਕਿਸਾਨੋਂ ਸੇ ਬਾਤਚੀਤ ਕਰਨੇ ਔਰ ਮਾਨਯ ਪ੍ਰਧਾਨ ਮੰਤਰੀ ਜੀ ਕੇ ਮਾਰਗਦਰਸ਼ਨ ਮੇਂ ਜਿਸ ਤਰ੍ਹਾਂ ਸੇ ਦੇਸ਼ ਕੇ ਕਿਸਾਨ ਕੀ ਆਮਦਨੀ ਕੋ ਦੁੱਗਣਾ ਕਰਨੇ ਕੇ ਸੰਕਲਪ ਕੇ ਸਾਥ ਹਮ ਕਾਮ ਕਰ ਰਹੇ ਹੈਂ ਉਨ ਵਿਚਾਰੋਂ ਕੋ ਪੰਜਾਬ ਕੇ ਕਿਸਾਨ ਕੇ ਸਾਥ ਮੇਂ ਬਾਂਟਨੇ ਕਾ ਮੌਕਾ ਦਿਆ ਹੈ। ਮਾਨਯ ਪ੍ਰਧਾਨ ਮੰਤਰੀ ਜੀ ਨੇ ਇਸ ਬਾਤ ਕਾ ਸੰਕਲਪ ਲਿਆ ਹੈ ਕਿ ਹਮਕੋ 2022 ਤੱਕ ਕਿਸਾਨ ਕੀ ਆਮਦਨੀ ਕੋ 2015 ਮੇਂ ਜੋ ਆਮਦਨੀ ਥੀ ਉਸਕੀ ਅਪੇਕਸ਼ਾ ਮੇਂ ਦੁੱਗਣਾ ਕਰਨਾ ਹੈ। ਇਸ ਸੰਕਲਪ ਕੇ ਸਾਥ ਮੇਂ ਦੇਸ਼ ਕੀ ਸਰਕਾਰ ਕਾਮ ਕਰ ਰਹੀ ਹੈ ਔਰ 7 ਵਿਭਿੰਨ ਚਰਣੋਂ ਕੇ ਮਾਧਿਅਮ ਸੇ ਹਮਨੇ ਇਸਕੋ ਪ੍ਰਾਪਤ ਕਰਨੇ ਕੀ ਦਿਸ਼ਾ ਮੇਂ ਆਗੇ ਕਦਮ ਬੜਾਇਆ। ਡਬਲਿੰਗ ਆਫ ਫਾਰਮਰਸ ਇਨਕਮ ਕੇ ਉੱਪਰ ਜੋ ਕਮੇਟੀ ਬਣੀ ਥੀ ਉਸਨੇ ਜਿਸ ਤਰ੍ਹਾਂ ਸੇ ਅਨੁਸ਼ੰਸਾਏ ਕੀ ਹਮ ਲਗਾਤਾਰ ਉਸਕੋ ਲਾਗੂ ਕਰਤੇ ਹੋਏ ਆਗੇ ਬੜ ਰਹੇ। ਕਿਸਾਨ ਕੀ ਜੋ ਮੁੱਖ ਸਮੱਸਿਆ ਹੈ ਕਿ ਮੌਸਮ ਕੀ ਮਾਰ ਔਰ ਮਾਰਕੀਟ ਸੇ ਸੁਰੱਖਿਆ, ਇਨ ਦੋ ਸੇ ਯਦਿ ਸੁਰੱਖਿਆ ਮਿਲਤੀ ਹੈ ਤੋ ਨਿਸ਼ਚਿਤ ਰੂਪ ਸੇ ਉਸਕੀ ਆਮਦਨੀ ਕੋ ਬੜਾਇਆ ਜਾ ਸਕਤਾ ਹੈ। ਮੌਸਮ ਸੇ ਸੁਰੱਖਿਆ ਕੇ ਲੀਏ ਮਾਨਯ ਪ੍ਰਧਾਨ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀ। ਦੇਸ਼ ਕੇ ਲਗਭਗ ਸਭ ਪ੍ਰਾਂਤੋਂ ਮੇਂ ਪੰਜਾਬ ਕੋ ਛੋੜ ਕਰਕੇ ਇਸ ਫਸਲ ਬੀਮਾ ਲਾਗੂ ਹੋਈ ਹੈ ਔਰ ਦੇਸ਼ ਕੇ ਲਗਭਗ 5 ਕਰੋੜ 80 ਲੱਖ ਕਿਸਾਨੋਂ ਕੋ ਏਕ ਫਸਲ ਮੇਂ ਏਕ ਫਸਲ ਚੱਕਰ ਮੇਂ ਉਸਕਾ ਲਾਭ ਮਿਲਾ ਹੈ।